ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਤੁਹਾਨੂੰ ਬਹੁਤ ਹੀ ਇੱਕ ਅਨੋਖੀ ਚੀਜ਼ ਬਣਾਉਣੀ ਸਿਖਾਉਣੀ ਹੈ ਜਿਹੜੀ ਕਿ ਆਯੁਰਵੈਦਿਕ ਦਵਾਈ ਹੈ ਜੀ ਇਹ ਇਹ ਪੱਤਾ ਗੋਭੀ ਤੋਂ ਬਣਦੀ ਹੈਗੀ ਹੈ ਤੇ ਆਜੋ ਫਿਰ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਇਹ ਕਾਦੇ ਕਾਦੇ ਵਾਸਤੇ ਹੁੰਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਆਪਾਂ ਤੁਹਾਡੇ ਵਾਸਤੇ ਇਹ ਘਰੇਲੂ ਨੁਸਖਾ ਲੈ ਕੇ ਆਏ ਜੀ ਬਹੁਤ ਹੀ ਅਨੋਖਾ ਤੇ ਸਰਲ ਹੈ ਜਿਹੜਾ ਕਿ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਤੁਹਾਨੂੰ ਇਹ ਕਿਸੇ ਨੇ ਦੱਸਿਆ ਹੋਊਗਾ ਜੇ ਅਗਰ ਕਿਸੇ ਨੂੰ ਦੱਸਿਆ ਹੋਵੇ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਪਰ ਮੈਂ ਤੁਹਾਡੇ ਵਾਸਤੇ ਲੱਗ ਤੋਂ ਲੱਗ ਜੋ ਵੀ ਲੈ ਕੇ ਆਉਣੀ ਹੈ ਉਹ ਇੱਕ ਤੋਂ ਇੱਕ ਖਰਾ ਲੈ ਕੇ ਆਉਣੀ ਹੈ ਨੁਸਕਾ ਕੋਈ ਵੀ ਹੈ ਵੀ ਮੇਰੇ ਵੀਰਾਂ ਭੈਣਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ ਤੇ ਉਹਨਾਂ ਨੂੰ ਵਧੀਆ ਇਹ ਕੰਮ ਕਰਨ ਤੇ ਮੇਰਾ ਤੁਹਾਡੇ ਨਾਲ ਇਸੇ ਤਰ੍ਹਾਂ ਪਿਆਰ ਬਣਿਆ ਰਹੇ ਤੇ ਇਸੇ ਤਰ੍ਹਾਂ ਮੈਂ ਨੁਸਕੇ ਲੈ ਕੇ ਆਉਂਦੀ ਰਹਾਂ ਤੁਹਾਡੇ ਕੋਲ ਇਹ ਜਿਹੜਾ ਨੁਸਕਾ ਹੈਗਾ ਜੀ ਇਹ ਛੱਟਫੇੜ ਤੇ ਹੈ ਜਿਹੜੀ ਕਿ ਆਪਣੇ ਡੂੰਗੀ ਛੱਟ ਲੱਗ ਜਾਂਦੀ ਹੈਗੀ ਹੈ ਬਾਹਰ ਜ਼ਖਮ ਵੀ ਦਿਖਾਈ ਨਹੀਂ ਦਿੰਦਾ ਤੇ ਅੰਦਰ ਦੀ ਸੱਟ ਵੀ ਹੁੰਦੀ ਹੈ ਕਈ ਵਾਰੀ ਮਾਸ ਵੀ ਫਟ ਜਾਂਦਾ ਜਾਂ ਆਪਣੇ ਕਈ ਵਾਰੀ ਅੰਦਰ ਚਬਕੇ ਪੈਣ ਲੱਗ ਜਾਂਦੇ ਤੇ ਬਾਹਰ ਉਹਦਾ ਜ਼ਖਮ ਨਹੀਂ ਹੁੰਦਾ ਹੈਗਾ ਇਹ ਨੁਸਕਾ ਜੀ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਵੀ ਕੰਮ ਕਰਦਾ ਹੈਗਾ ਜਿਹੜਾ ਕਿ ਮਤਲਬ ਕਿ ਤੁਸੀਂ ਗੋਡੇ ਮੋਡੇ ਵੀ ਦੁਖਣ ਲੱਗ ਜਾਂਦੇ ਆ ਉਹਨਾਂ ਵਾਸਤੇ ਵੀ ਕੰਮ ਕਰਦਾ ਜੀ ਇਹ ਕੱਲਾ ਸੱਟ ਦੇ ਦਰਦ ਨੂੰ ਨਹੀਂ ਕੰਮ ਕਰਦਾ ਅਗਰ ਗੋਡਿਆਂ 'ਚ ਦਰਦ ਹੋਣ ਲੱਗ ਗਿਆ ਮੋਡਿਆਂ 'ਚ ਦਰਦ ਹੋਣ ਲੱਗ ਗਿਆ ਕੋਣੀਆਂ 'ਚ ਦਰਦ ਹੋਣ ਲੱਗਿਆ ਹੱਥ 'ਚ ਹੋ ਗਿਆ ਗੁੱਟ ਤੇ ਹੋ ਗਿਆ ਆਪਣੇ ਕਿਤੇ ਵੀ ਦਰਦ ਹੁੰਦਾ ਆਪਣੇ ਤਾਂ ਇਹ ਬਹੁਤ ਹੀ ਕਾਰਗਰ ਹੈਗਾ ਤੇ ਅੱਜ ਮੈਂ ਤੁਹਾਨੂੰ ਇਹ ਬਣਾ ਕੇ ਦਿਖਾਉਣੀ ਐ ਤੁਸੀਂ ਅਗਰ ਮੇਰਾ ਦੱਸਿਆ ਹੋਇਆ ਇਹ ਘਰੇਲੂ ਨੁਸਖਾ ਓਵੇਂ ਵਰਤਦੇ ਹੋ ਤਾਂ ਪਤਾ ਨਹੀਂ ਕਿੰਨੀਆਂ ਕਪੀੜਾਂ ਤੋਂ ਛਡਕਾਰਾ ਪਾਉਂਗੇ ਤੁਸੀਂ ਤੇ ਚਲੋ ਆਜੋ ਆਪਾਂ ਮੈਂ ਤੁਹਾਨੂੰ ਦਿਖਾਉਣੀ ਐ ਸਾਰਾ ਉਹਦਾ ਟ੍ਰੀਟਮੈਂਟ ਕਰਕੇ ਜੋ ਵੀ ਹੈਗਾ ਤੇ ਤੁਸੀਂ ਓਵੇਂ ਆਪਦੇ ਘਰ ਤਿਆਰ ਕਰ ਲਓ ਜੀ ਬਹੁਤ ਹੀ ਸੌਖਾ ਤੇ ਬਹੁਤ ਹੀ ਕੰਮ ਪੈਸਿਆਂ 'ਚ ਹੋਣ ਵਾਲਾ ਹੈ ਇਹ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਦੇਖੋਗੇ ਤੇ ਤੁਸੀਂ ਲਾਈਕ ਕਮੈਂਟ ਵੀ ਸੋਹਣੇ-ਸੋਹਣੇ ਕਰੋਗੇ ਹਨਾ ਤੇ ਆਜੋ ਫਿਰ ਮੈਂ ਤੁਹਾਨੂੰ ਦਿਖਾਉਣੀ ਐ ਵੀ ਆਪਾਂ ਉਹਨੂੰ ਕਿਵੇਂ ਤਿਆਰ ਕਰਨਾ ਹੈਗਾ ਆਜੋ ਫਿਰ ਆਪਾਂ ਕੀ ਕਰਨਾ ਜੀ ਇੱਕ ਪੱਤਾ ਗੋਭੀ ਦਾ ਫੁੱਲ ਲੈ ਲਿਆ ਤੇ ਇਹਨੂੰ ਕੀ ਕਰਨਾ ਹੁਣ ਆਪਾਂ ਬੜੇ ਆਰਾਮ ਨਾਲ ਇਹਦੇ ਛਿਲਕੇ ਉਤਾਰਨੇ ਆ ਇਹ ਮੈਨੂੰ ਲੱਗਦਾ ਕਈ ਵਾਰੀ ਨਾ ਪਤਾ ਕੀ ਹੁੰਦਾ ਮੈਨੂੰ ਲੱਗਦਾ ਟੁੱਟੂਗਾ ਹੁਣ ਇਹ ਜੇ ਜਿੱਥੋਂ ਤੱਕ ਹੋ ਸਕੇ ਭਾਈ ਤੋੜਿਓ ਨਾ ਮੇਰੇ ਕੋਲੋਂ ਤਾਂ ਮੈਨੂੰ ਲੱਗਦਾ ਟੁੱਟੂਗਾ ਇਹ ਤੇ ਤੁਸੀਂ ਆਹ ਨਾ ਛਿਲਕੇ ਲਾ ਲਓ ਇਹਦੇ ਠੀਕ ਹੈ ਨਾ ਛਿਲਕੇ ਲਾਉਣੇ ਨੇ ਛਿਲਕਿਆ ਤੋਂ ਹੀ ਆਪਾਂ ਇਹਦੀ ਦਵਾਈ ਤਿਆਰ ਕਰਨੀ ਹੈਗੀ ਐ ਛਿਲਕੇ ਹੀ ਹੁੰਦੇ ਨੇ ਵੈਸੇ ਕਿਹੜਾ ਸਾਡੇ ਕੋਈ ਸੀਗੇ ਬਜ਼ੁਰਗ ਤੇ ਉਹਨਾਂ ਨੂੰ ਕਹਿੰਦੇ ਨਾ ਵੀ ਐਂ ਕਰਕੇ ਆਖੇ ਵੀ ਗੋਭੀ ਲਿਆ ਤੇ ਉਹ ਕਹਿੰਦੇ ਮਾਤਾ ਜੀ ਸੀ ਸਾਡੇ ਘਰਾਂ ਚੋਂ ਉਹ ਤੇ ਉਹ ਚਲੇ ਗਏ ਪੱਤਾ ਗੋਭੀ ਲਈ ਹੋਈ ਸੀ ਖੇਤ ਤੇ ਉਹਨਾਂ ਨੇ ਫਰੋਲ ਕੇ ਦੇਖਿਆ ਤੇ ਕਹਿੰਦੇ ਆਖੇ ਲੈ ਕੇ ਨਹੀਂ ਆਏ ਕਹਿੰਦੇ ਅਖੇ ਉਹਦੇ ਚ ਪੱਤੇ ਪੱਤੀ ਸੀਗੇ ਅਖੇ ਮੈਂ ਤਾਂ ਬਥੇਰਾ ਉਹ ਪੱਤਿਆਂ ਨੂੰ ਲਾਇਆ ਤੇ ਉਹਨਾਂ ਵਿੱਚੋਂ ਫੁੱਲ ਤਾਂ ਕੋਈ ਨਿਕਲਿਆ ਨਹੀਂ ਤੇ ਭਾਈ ਇਹ ਇਸ ਕਰਕੇ ਇਹਦੇ ਪੱਤੇ ਹੀ ਹੁੰਦੇ ਨੇ ਫੁੱਲ ਇਹਦੇ ਵਿੱਚ ਹੁੰਦਾ ਨਹੀਂ ਹੈਗਾ ਤੇ ਆਪਾਂ ਨੇ ਇਹ ਪੱਤੇ ਹੀ ਕੰਮ ਕਰਨੇ ਨੇ ਆਪਾਂ ਕੀ ਕਰਨਾ ਇਹਦੇ ਪੱਤੇ ਲੈ ਲਓ ਜੀ ਤੁਸੀਂ ਆਹ ਦੋ ਤਿੰਨ ਵੱਡੇ ਵੱਡੇ ਪੱਤੇ ਲੈ ਲਓ ਤੁਸੀਂ ਤੇ ਉਧਰ ਰੱਖ ਲਓ ਜੀ ਤੁਸੀਂ ਤਵਾ ਸੇਕ ਤੇ ਹੁਣ ਤੁਸੀਂ ਕਹੋਗੇ ਵੀ ਆਂਟੀ ਇਹ ਹੁਣ ਤਵਾ ਰੱਖ ਕੇ ਇਹਦੇ ਪੱਤਿਆਂ ਦਾ ਕਰੂਗੀ ਕੀ ਹਨਾ ਆਪਾਂ ਥੋੜਾ ਜਿਹੇ ਵਾਸਤੇ ਤੇਲ ਪਾ ਲੈਣਾ ਤਾਂ ਕਿ ਇਹ ਪੱਤੇ ਵਿੱਚ ਇਹਦੇ ਮੱਚਣ ਨਾ ਥੱਲੇ ਨਾ ਲੱਗਣ ਇਹ ਤਵੇ ਤੇ ਤਿਆਰ ਹੋਊਗੀ ਜੀ ਦਵਾਈ ਆਪਣੀ ਤੇ ਇਹਨੂੰ ਆਪਾਂ ਤਿਆਰ ਕਰਨਾ ਹੈਗਾ ਤੇ ਉਧਰੋਂ ਆਪਾਂ ਪੱਤੇ ਲਾ ਲੈ ਜਿਹੜੇ ਲਾਉਣੇ ਸੀਗੇ 2-3 ਪੱਤੇ ਯਾਨੀ ਕਿ ਮਤਲਬ 3-4 ਪੱਤੇ ਲਾ ਲੈ ਵੱਡੇ ਵੱਡੇ ਇਹਦਾ ਕੀ ਕੰਮ ਹੈ ਜੀ ਦਵਾਈ ਦਾ ਗੋਡੇ ਆ ਮੋਡੇ ਆ ਕੋਈ ਮੋਚ ਦਾ ਦਰਦ ਹੈ ਕੋਈ ਜੋੜਾਂ ਦਾ ਦਰਦ ਹੈ ਕੋਈ ਗੋਡਿਆਂ ਦਾ ਦਰਦ ਹੈ ਕੋਈ ਕਿਸੇ ਤਰ੍ਹਾਂ ਦਾ ਦਰਦ ਆ ਉਹਨੂੰ ਇਹਨੇ ਠੀਕ ਕਰਨਾ ਹੈਗਾ ਆਪਾਂ ਕੀ ਕਰਨਾ ਇਹ ਪੱਤੇ ਰੱਖ ਲੈ ਸੇਕ ਦੇ ਉੱਤੇ ਦੂਜੇ ਵੀ ਨਾਲ ਵਿਛਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਹਨਾ ਆਹ ਵੀ ਨਾਲ ਵਿਛਾ ਲੇ ਆਪਾਂ ਚੰਗੀ ਤਰ੍ਹਾਂ ਤੁਸੀਂ ਦੇਖੀ ਚੱਲੋ ਕੁੜੀਓ ਐਵੇਂ ਤਿਆਰ ਕਰ ਲਿਆ ਕਰੋ ਭਾਈ ਕੋਈ ਲੋੜ ਪੈ ਜਾਂਦੀ ਹੈਗੀ ਇਹ ਜ਼ਰੂਰਤ ਪੈਂਦੀ ਆ ਕਿਉਂਕਿ ਸੱਟ ਫੇਟ ਵੱਜਦੀ ਰਹਿੰਦੀ ਕਿਸੇ ਬੱਚੇ ਦੇ ਵੱਜ ਗਈ ਬਜ਼ੁਰਗ ਦੇ ਵੱਜ ਗਈ ਵੱਡੇ ਦੇ ਵੱਜ ਗਈ ਬਜ਼ੁਰਗ ਵਿਚਾਰੇ ਉਹ ਕੋਈ ਨਾ ਦੇਖੇ ਭਾਲੇ ਠੇਡਾ ਖਾ ਕੇ ਡਿੱਗ ਪੰਦੇ ਜਵਾਕ ਉਹ ਸੱਟਾਂ ਖਾਈ ਜਾਂਦੇ ਨੇ ਤੇ ਅੱਜ ਕੱਲ ਪਤਾ ਕਿਸੇ ਨੂੰ ਵੀ ਨਹੀਂ ਲੱਗਦਾ ਕਿ ਠੰਡ ਹੈ ਠੰਡ ਚ ਪੀੜ ਬਾੜੀ ਹੁੰਦੀ ਆ ਹਨਾ ਸੱਟ ਦੀ ਇਸ ਤਰ੍ਹਾਂ ਕੀ ਕਰਨਾ ਆਪਾਂ ਇਹਨਾਂ ਨੂੰ ਪੱਤਿਆਂ ਨੂੰ ਐ ਗਰਮ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਆਹ ਦੇਖੋ ਤੁਸੀਂ ਇਹ ਵਧੀਆ ਗਰਮ ਹੋਈ ਜਾਂਦੇ ਆ ਵਧੀਆ ਇਹ ਰੜ ਜਾਣਗੇ ਤੇ ਵਧੀਆ ਇਹਨਾਂ ਦੀ ਦਵਾਈ ਤਿਆਰ ਹੋਊਗੀ ਤੁਸੀਂ ਦੇਖਦੇ ਜਾਇਓ ਵੀ ਆਪਾਂ ਇਹ ਆਯੁਰਵੈਦਿਕ ਨੁਸਖਾ ਜਿਹੜਾ ਇਹ ਆਪਾਂ ਕਿਵੇਂ ਵਰਤਣਾ ਹੈਗਾ ਇਹ ਜੋ ਵੀ ਦੇਸੀ ਹੁੰਦੇ ਨੇ ਜੀ ਇਹਨਾਂ ਨੂੰ ਆਯੁਰਵੈਦਿਕ ਹੀ ਬੋਲਿਆ ਜਾਂਦਾ ਹੈਗਾ ਆਯੁਰਵੈਦਿਕ ਹੀ ਹੁੰਦੇ ਨੇ ਇਹ ਤੇ ਆਹ ਦੇਖੋ ਤੁਸੀਂ ਇਹ ਗਰਮ ਹੋਈ ਜਾਂਦੇ ਨੇ ਵਧੀਆ ਅਲੱਗ-ਅਲੱਗ ਕਰਕੇ ਤੁਸੀਂ ਆਹ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲੋ। ਆਹ ਦੇਖੋ ਤੁਸੀਂ। ਠੀਕ ਹੈ ਨਾ ਜੀ ਇਹ ਬਹੁਤ ਹੀ ਸੌਖਾ ਹੈ ਤੇ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਸਸਤਾ ਟ੍ਰੀਟਮੈਂਟ ਹੈ ਤੇ ਫਾਇਦੇ ਇਹਦੇ ਬਹੁਤ ਜ਼ਿਆਦੇ ਹੈ। ਇਹਨੂੰ ਆਪਾਂ ਕੀ ਕਰਨਾ ਹੈਗਾ ਜੀ ਗਰਮ ਕਰਕੇ ਪੱਤਿਆਂ ਨੂੰ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਜੋੜਾਂ ਤੇ ਬੰਨਣਾ ਹੈਗਾ ਮੈਂ ਤੁਹਾਨੂੰ ਬੰਨਣ ਦਾ ਤਰੀਕਾ ਵੀ ਦੱਸੂਗੀ ਜਿਹੜੇ ਕੀ ਇਹ ਦਰਦ ਨੂੰ ਬਹੁਤ ਛੇਤੀ ਮਟਾਉਂਦੇ ਆਂ ਅਗਰ ਸਿਰ ਚ ਦਰਦ ਹੈ ਨਾ ਤੁਹਾਡੇ ਮੇ ਸਿਰ ਦਰਦ ਜ਼ਿਆਦਾ ਕਰਨ ਲੱਗਿਆ ਕੋਈ ਮੌਕੇ ਤੇ ਦਵਾਈ ਹੈ ਨਹੀਂ ਆਪਣੇ ਪੱਤਾ ਗੋਭੀ ਪਈ ਹੈ ਤਾਂ ਇਸ ਤਰ੍ਹਾਂ ਤੁਸੀਂ ਇਹਦੇ ਪੱਤੇ ਸੇਕ ਲੋ ਜੀ ਪੱਤੇ ਗਰਮ ਕਰ ਲੋ ਤੁਸੀਂ ਇਹਦੇ ਗਰਮ ਕਰਕੇ ਤੇ ਤੁਸੀਂ ਕੋਸੇ ਕੋਸੇ ਬੰਨ ਲੋ ਇਹਨਾਂ ਨੂੰ ਸਿਰ ਤੇ ਬੰਨੋ ਗੋਡਿਆਂ ਤੇ ਬੰਨੋ ਮੋਢਿਆਂ ਤੇ ਬੰਨੋ ਜੋੜਾਂ ਤੇ ਬੰਨੋ ਜੋ ਡੂੰਗੀ ਸੱਟ ਆਉ ਤੇ ਬੰਨੋ ਇਸ ਤਰ੍ਹਾਂ ਤੁਸੀਂ ਰਮਾਲ ਲੈ ਲੋ ਇਹਨੂੰ ਮੋੜ ਲੋ ਜੀ ਤੁਸੀਂ ਆ ਮੇਰੇ ਕੋਲੇ ਕੱਪੜਾ ਪਿਆ ਸੀ ਮੈਂ ਇਹਨੂੰ ਮੋੜ ਲਿਆ ਇਹਦੇ ਉੱਤੇ ਹੁਣ ਤੁਸੀਂ ਕੋਈ ਪੋਲੀਥੀਨ ਰੱਖ ਲੋ ਜਿਹੜਾ ਕੀ ਇਹਦੇ ਉੱਤੇ ਤੁਸੀਂ ਆਹ ਪੱਤੇ ਰੱਖ ਸਕੋ ਜਿੰਨਾ ਵੀ ਇਹ ਤੁਸੀਂ ਕੋਸਾ ਕੋਸਾ ਬੰਨੋਗੇ ਉਨੀ ਛੇਤੀ ਮੈਂ ਕਹਿੰਨੀ ਹੈ ਝਟਪਟ ਦੇ ਵਿੱਚ ਇਹ ਦਰਦ ਠੀਕ ਕਰ ਦਿੰਦੀ ਹੈਗੀ ਹੈ ਜੀ ਬਹੁਤ ਛੇਤੀ ਇਹ ਦਰਦ ਨੂੰ ਕੰਟਰੋਲ ਕਰਦੀ ਹੈ ਤੁਸੀਂ ਆ ਕੋਸਾ ਕੋਸਾ ਚੱਕ ਕੇ ਪੱਤੇ ਇਹਦੇ ਉੱਤੇ ਰੱਖ ਲਓ ਉੱਤੇ ਰੱਖ ਕੇ ਪੱਤੇ ਤੁਸੀਂ ਇਹਨਾਂ ਨੂੰ ਵਧੀਆ ਇਹਦੀ ਪੈੜ ਜੀ ਬਣਾ ਕੇ ਇੱਕ ਚੰਗੀ ਤਰ੍ਹਾਂ ਮਤਲਬ ਕਿ ਪੱਤਿਆਂ ਦੀ ਤਾਂ ਤੁਸੀਂ ਇਹਨੂੰ ਦਰਦ ਤੇ ਬੰਨਣਾ ਹੈਗਾ ਜੀ ਜਿੱਥੇ ਵੀ ਤੁਹਾਡੇ ਦਰਦ ਹੈ ਕਿਤੇ ਵੀ ਦਰਦ ਹੋਵੇ ਅਗਰ ਗੋਡੇ ਵੀ ਜ਼ਿਆਦਾ ਦੁਖਦੇ ਉਹਨਾਂ ਤੇ ਵੀ ਬੰਨ ਲਓ ਜੀ ਤੁਸੀਂ ਉਹਨੂੰ ਵੀ ਇਹਨੇ ਬਹੁਤ ਛੇਤੀ ਕੰਟਰੋਲ ਕਰਨਾ ਹੈਗਾ ਇਸ ਤਰ੍ਹਾਂ ਕਰ ਲੋ ਜੀ ਤਿਆਰ ਇਹਨੂੰ ਆ ਦੇਖੋ ਵਧੀਆ ਤਿਆਰ ਹੋ ਗਿਆ ਜਿੱਥੇ ਵੀ ਤੁਹਾਡੇ ਦਰਦ ਹੈ ਤੁਸੀਂ ਇਹਨੂੰ ਚੰਗੀ ਤਰ੍ਹਾਂ ਬੰਨ੍ਹ ਲਓ ਤੇ ਮੈਂ ਤੁਹਾਨੂੰ ਦੱਸਦਾ ਸਾਰਾ ਕੁਝ ਪ੍ਰਕਿਰਿਆ ਦੱਸਤੀ ਜੀ ਇਹਦੀ ਤੇ ਇਹਦੇ ਉੱਤੇ ਨੂਨ ਨਾਣ ਕੁਝ ਨਹੀਂ ਪਾਉਣਾ ਹੈਗਾ ਸਿਰਫ ਆਪਾਂ ਗਰਮ ਕਰਨੇ ਆ ਤੇ ਬਹੁਤ ਹੀ ਵਧੀਆ ਤਰੀਕਾ ਜੀ ਮੈਨੂੰ ਉਮੀਦ ਆ ਵੀ ਤੁਸੀਂ ਬਣਾਓਗੇ ਜਰੂਰ ਹਾਂਜੀ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਤੇ ਇੱਕ ਅਨੋਖਾ ਲੱਗਿਆ ਹੋਊਗਾ ਤੁਹਾਨੂੰ ਇਹ ਵੀ ਹਾਂ ਇਹ ਅਨੋਖਾ ਆਪਾਂ ਨੂੰ ਦੱਸਿਆ ਹੈਗਾ ਆਯੁਰਵੈਦਿਕ ਨੁਸਖਾ ਕਿਨੂ ਕਿਨੂ ਇਹ ਵਧੀਆ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ